ਸਸ ਸਤਿਗੁਰੂ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਰਿਲੇਟਿਡ ਅਪਡੇਟ ਲੈ ਕੇ ਆਇਆ ਜੋ ਕਿ ਤਿੰਨ ਮਹੱਤਵਪੂਰਨ ਅਪਡੇਟ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਪੀਟ੍ਰੀਪਲ ਐਸਬੀ ਵੱਲੋਂ ਕੀ ਕੀ ਉਹਨਾਂ ਅਪਡੇਟਸ ਵਿੱਚ ਦੱਸਿਆ ਗਿਆ ਕਿਹਨਾਂ-ਕਿਹਨਾਂ ਬਾਰੇ ਦੱਸਿਆ ਗਿਆ ਤੇ ਕੌਣ-ਕੌਣ ਇਹਦੇ ਲਈ ਜਿਹੜੇ ਐਲੀਜੀਬਲ ਹੋਣ ਵਾਲੇ ਨੇ ਪੂਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਐਂਟ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਜਿਸ ਦੇ ਨਾਲ ਤੁਹਾਨੂੰ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਤੁਸੀਂ ਚਾਹੁੰਦੇ ਹੋ ਸਾਰੇ ਰਿਕਰੂਟਮੈਂਟ ਰਿਲੇਟਿਡ ਅਪਡੇਟ ਜੌਬਸ ਰਿਲੇਟਿਡ ਅਪਡੇਟ ਜਾਂ ਫਿਰ ਕੋਈ ਵੀ ਇਦਾਂ ਦਾ ਹੋਵੇ ਨੋਟੀਫਿਕੇਸ਼ਨ ਜੋ ਕਿ ਐਗਜ਼ਾਮਿਨੇਟਿਡ ਹੋਣ ਜਾਂ ਐਗਜ਼ਾਮ ਕੈਨਸਲੇਸ਼ਨ ਰਿਲੇਟਿਡ ਐਡਮਿਟ ਕਾਰਡ ਰਿਲੇਟਿਡ ਜਾਂ ਰਿਜ਼ਲਟ ਆਊਟ ਹੋਇਆ ਹੋਵੇ ਕੋਈ ਵੀ ਉਹਦੇ ਰਿਲੇਟਿਡ ਸਾਰੇ ਅਪਡੇਟ ਲੈਣ ਦੇ ਲਈ ਤੁਸੀਂ ਸਾਡੀ ਵੈਬਸਾਈਟ www.clori.com ਤੇ ਜਾ ਕੇ ਸਾਰੇ ਹੀ ਅਪਡੇਟ ਲੈ ਸਕਦੇ ਹੋ ਉਹ ਚੈੱਕ ਕਰਕੇ ਉਥੋਂ ਦੇ ਲਈ ਅਪਲਾਈ ਵੀ ਕਰ ਸਕਦੇ ਹੋ ਸੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਚਾਹਨਾ ਹੈ Google 'ਤੇ ਜਦੋਂ clori.com ਲਿਖੋਗੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ DDG ਮਿਲ ਜਾਏਗੀ ਤੁਸੀਂ ਕਿਸੇ ਸਰਕਾਰੀ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਉਥੋਂ ਤੁਸੀਂ ਡਾਊਨਲੋਡ ਕਰਕੇ ਜਿਹੜੀ ਹੈ ਜੀ ਆਪਣੀ ਲਈ ਤਿਆਰੀ ਜਿਹੜੀ ਹੈ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਉੱਥੇ ਜਾ ਕੇ ਪੂਰੀ ਇਨਫੋਰਮੇਸ਼ਨ ਦਿੰਨੇ ਆ ਜੀ ਇਹਨਾਂ ਭਰਤੀਆਂ ਦੇ ਬਾਰੇ ਵਿੱਚ ਸਭ ਤੋਂ ਪਹਿਲਾ ਅਪਡੇਟ ਜਿਹੜਾ ਹੈ ਜੀ ਉਹ ਆਇਆ ਹੋਇਆ ਹੈ ਦੀਨ ਸੇਵਾਮਾਂ ਚੋਨਪੁਰ ਵਲੋਂ ਜੋ ਕਿ ਇਸ ਦੇ ਵਿੱਚ ਇਸ਼ਤਿਹਾਰ ਨੰਬਰ 16 2021 ਰਹੀ ਜਿਹੜੇ ਕੈਮੀਕਲ ਐਗਜ਼ਾਮੀਨਰ ਲੈਬੋਰੀ ਦੀਆਂ ਵੈਕੈਂਸੀ ਜਿਹੜੀਆਂ ਜੀ ਆਊਟ ਹੋਈਆਂ ਸੀ ਜੋ ਕਿ ਮੈਡੀਕਲ ਲੈਬ ਟੈਕਨੀਸ਼ੀਅਨ ਦੀਆਂ ਠੀਕ ਹੈ ਜੀ ਲੈਬੋਰੀ ਅਟੈਂਡੈਂਟ ਦੀਆਂ ਅਸਾਮੀਆਂ ਜਿਹੜੀਆਂ ਆਈਆਂ ਸੀਗੀਆਂ ਉਹਨਾਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸੀਗੀਆਂ ਔਰ ਇਹਦੇ ਰਿਲੇਟਿਡ ਹੀ ਉਹਨਾਂ ਨੇ ਸੂਚਨਾ ਦਿੱਤੀ ਹੈ ਕਿ ਅਸਾਮੀਆਂ ਲਈ ਵੱਖਰੇ ਵੱਖਰੇ ਲਿਖਤੀ ਪੇਪਰ ਜਿਹੜੇ ਕਿ ਆਬਜੈਕਟਿਵ ਟਾਈਪ ਟੈਸਟ ਹੋਣਗੇ ਮਲਟੀਪਲ ਚੁਆਇਸ ਕੁਸ਼ਨਾਂ ਦੇ ਲਈ ਉਹ ਲਈ ਜਾਣਗੇ ਜੋ ਕਿ 21 11 2021 ਨੂੰ ਚੰਡੀਗੜ੍ਹ ਵਿਖੇ ਜਿਹੜਾ ਹੈ ਜੀ ਉਹ ਹੋਏਗਾ ਚੰਡੀਗੜ੍ਹ ਦੇ ਵਿੱਚ ਇਸ ਦੇ ਵਿੱਚ ਜਾਣਕਾਰੀ ਦਿੱਤੀ ਉਹਨਾਂ ਨੇ ਕਿ ਜਿਹੜਾ ਸਮਾਂ ਹੈ ਪ੍ਰੀਖਿਆ ਦਾ ਕੇਂਦਰ ਐਡਮਿਟ ਕਾਰਡ ਰੋਲ ਨੰਬਰ ਨਤੀਜਾ ਮੈਰਿਟਰੀ ਸੂਚੀ ਪ੍ਰਤੀ ਸਬੰਧੀ ਪ੍ਰੀਖਿਆ ਵਿੱਚ ਕੋਈ ਵੀ ਅਪਡੇਟ ਆਂਦਾ ਹੈ ਉਹ ਆਪਣੀ ਵੈਬਸਾਈਟ ਤੋਂ ਸਾਈਮ ਸਰ ਅਪਡੇਟ ਕਰ ਦੇਣਗੇ ਸੋ ਤੁਸੀਂ ਇਹਨੂੰ 1 ਜਾਂ 3 ਦਿਨ ਪਹਿਲਾਂ ਜਿਹੜਾ ਜਾ ਕੇ ਚੈੱਕ ਜ਼ਰੂਰ ਕਰ ਲੈਣਾ ਜੀ ਸੋ ਇਸ ਦੇ ਵਿੱਚ ਉਹ ਸਾਰੇ ਸਾਰੇ ਅਪਡੇਟ ਉੱਥੇ ਅਪਡੇਟ ਕਰਨਗੇ ਸੋ ਚੈੱਕ ਜਰੂਰ ਕਰਦੇ ਰਹਿਣਾ ਤੁਸੀਂ ਮੈਂ ਵੀ ਤੁਹਾਨੂੰ ਅਪਡੇਟ ਦਿੰਦਾ ਰਾਵਾਂਗਾ ਔਰ ਇਸ ਦੇ ਵਿੱਚ ਹੁਣ ਦੂਸਰਾ ਅਪਡੇਟ ਹੈ ਜਿਹੜਾ ਕਿ ਇਸੇ ਦੇ ਰਿਲੇਟਡ ਆਇਆ ਜੋ ਕਿ ਇਹਦੇ ਵਿੱਚ ਉਹਨਾਂ ਨੇ ਰਿਲੇਟਡ ਐਗਜ਼ਾਮੀਨੇਸ਼ਨ ਦਾ ਪੈਟਰਨ ਜਿਹੜਾ ਜੀ ਉਹ ਕਰ ਦਿੱਤਾ ਹੈ ਇਸ ਦੇ ਲਈ ਮੈਡੀਕਲ ਲੈਬ ਟੈਕਨੀਸ਼ੀਅਨ ਤੇ ਲੈਬਾਰਟਰੀ ਅਟੈਂਡੈਂਟ ਦੀਆਂ ਲਈ ਦੋ ਅਲੱਗ-ਅਲੱਗ ਪੇਪਰ ਜਿਹੜੇ ਨੇ ਉਹ ਹੋਣਗੇ ਜਿਦੇ ਵਿੱਚ 100 एमसीक्यू ਕੁਐਸ਼ਨਸ ਜਿਹੜੇ ਨੇ ਪੁੱਛੇ ਜਾਣਗੇ ਮਤਲਬ ਮਲਟੀਪਲ ਚੁਆਇਸ ਕੁਐਸ਼ਨਸ ਹੋਣਗੇ ਜੋ ਕਿ ਤੁਹਾਡਾ ਅਬਜੈਕਟਿਵ ਰਿਟਨ ਟੈਸਟ ਹੋਏਗਾ ਸੋ ਇਸ ਦੇ ਵਿੱਚ 90 ਮਿੰਟ ਟੋਟਲ ਤੁਹਾਨੂੰ ਜਿਹੜੇ ਨੇ ਦਿੱਤੇ ਜਾਣਗੇ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਹੋਏਗੀ 1/4 ਜਿਹੜੀ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਹਰ ਇੱਕ ਰੋਂਗ ਆਨਸਰ ਦੇ ਉੱਪਰ ਡਿਸਟ੍ਰਿਬਿਊਸ਼ਨ ਜਿਹੜੀ ਮਾਰਕਸ ਦੀ ਹੈ ਜੀ ਔਰ ਇੰਡੀਕੇਟਿਵ ਹੋਣਗੇ ਉਹ ਤੁਹਾਨੂੰ ਗਾਈਡੈਂਸ ਦਿੱਤੀ ਜਾਏਗੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਸਿਲੇਬਸ ਪੈਟਰਨ ਤੇ ਰਿਟਨ ਟੈਸਟ ਦੀ ਉਹਦੇ ਵਿੱਚ ਮੇਨ ਹੈਗਾ ਜੀ ਸਭ ਤੋਂ ਪਹਿਲਾਂ 멘ਟਲ ਅਬਿਲਿਟੀ ਐ ਡिटेल ਤੁਸੀਂ ਦੇਖ ਪਾ ਰਹੇ ਹੋ ਕਿ ਕੀ ਕੀ ਉਹਦੇ ਵਿੱਚ ਪੁੱਛਿਆ ਜਾਏਗਾ ਇਸ ਦੇ ਰਿਲੇਟਡ ਤੁਸੀਂ ਤਿਆਰੀ ਇੱਥੋਂ ਕਰਨੀ ਹੈ ਜੀ ਨੈਕਸਟ ਇੰਗਲਿਸ਼ ਦੇ ਪੰਜਾਬੀ ਦੇ 20 ਕੁਐਸਚਨਸ ਹੋਣਗੇ ਜਿੱਚ ਬੇਸਿਕ ਗ੍ਰਾਮਰ ਸਬਜੈਕਟ ਵਰਬ ਠੀਕ ਹੈ ਜੀ ਉਸ ਤੋਂ ਬਾਅਦ ਐਡਜੈਕਟਿਵਸ ਐਡਵਰਬਸ ਨੋਨਿਅਮ ਐਂਟੋਨੀਅਮਸ 1 ਵਰਡ ਸਬਸਟੀਟਿਊਸ਼ਨ ਫਿਲ ਇਨ ਦ ਬਲੈਂਕਸ ਪ੍ਰੋਬਲ ਕੰਸਰਨ ਵਰਡ ਕੰਪੈਰੀਜ਼ਨ ਐਡਜੈਕਟਿਵਸ ਆਰਟੀਕਲ ਪ੍ਰੈਪੋਜੀਸ਼ਨਸ ਡਾਇਰੈਕਟ ਐਂਡ ਇੰਡਾਇਰੈਕਟ ਸਪੀਚ ਐਕਟਿਵ ਪੈਸਿਵ ਵਾਇਸ ਕਰੈਕਸ਼ਨ ਸੈਂਟੈਂਸਿਸ ਜੈਂਡਰ ਸਿੰਗੂਲਰ ਪਲੂਰਲ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਤੁਹਾਨੂੰ ਜਿਹੜੀਆਂ ਨੇ ਉਹ ਚ ਪੁੱਛੀਆਂ ਜਾ ਸਕਦੀਆਂ ਨੇ ਨੈਕਸਟ ਅਗਰ ਗੱਲ ਕਰਾਂ ਮੈਡੀਕਲ ਲੈਬਾਰਟਰੀ ਦਾ ਜਿਹੜਾ ਮੇਨ ਸਬਜੈਕਟ ਹੈ ਜੀ ਉਹਦੇ ਵਿੱਚ ਤੁਹਾਡੇ ਇਸ ਦੇ ਰਿਲੇਟਿਡ ਤੁਹਾਨੂੰ 70 ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾਣਗੇ ਜੀ ਸੋ ਦੂਜਾ ਜਿਹੜਾ ਹੈਗਾ ਜੀ ਲੈਬਾਰਟਰੀ ਟ੍ਰੈਂਡਿੰਗ ਦਾ ਇਸ ਦੇ ਵਿੱਚ ਮੈਂਟਲ ਅਬਿਲਟੀ ਰੀਜ਼ਨਿੰਗ ਦੇ 10 ਕੁਐਸਚਨਸ ਹੋਣਗੇ ਉਸ ਤੋਂ ਬਾਅਦ ਇੰਗਲਿਸ਼ ਦੇ ਪੰਜਾਬੀ ਦੇ 20 ਕੁਐਸਚਨਸ ਹੋਣਗੇ ਫਿਜ਼ਿਕਸ ਦੇ 20 ਕੁਐਸਚਨਸ ਦੇ ਕੁਐਸਚਨ ਜਿਹੜੇ ਤੁਹਾਨੂੰ ਪੁੱਛੇ ਜਾਣਗੇ ਇਸ ਦੇ ਵਿੱਚ ਕੈਮਿਸਟਰੀ ਦੇ 20 ਕੁਐਸ਼ਨਸ ਹੋਣਗੇ ਬਾਇਓਲੋਜੀ ਦੇ 30 ਕੁਐਸ਼ਨ ਜਿਹੜੇ ਨੇ ਤੁਹਾਨੂੰ ਇਸ ਦੇ ਵਿੱਚ ਪੁੱਛੇ ਜਾਣਗੇ ਇਹ ਚ ਵੀ ਸੇਮ ਟਾਈਮ ਦਿੱਤਾ ਜਾਏਗਾ ਸੋ ਐਗਜ਼ਾਮ ਪੈਟਰਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਜੋ ਕਿ tpsb.gov.in ਤੋਂ ਜਾ ਕੇ ਚੈੱਕ ਕਰਨਾ ਤੁਸੀਂ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਹਰ ਵਾਰ ਦਿੱਦਰਾ ਨਵੇਂ ਨਵੇਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਾਵਾਂਗਾ ਸੋ ਇਹ ਹੈਗਾ ਜੀ ਨਵਾਂ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਸੀ ਇਹਨਾਂ ਦੁਆਰਾ ਤੇ ਥਰਡ ਗੱਲ ਕਰਦੇ ਹਾਂ ਹੁਣ ਪੰਜਾਬ ਪੁਲਿਸ ਦੀ ਭਰਤੀ ਦੇ ਬਾਰੇ ਵਿੱਚ ਨਵਾਂ ਅਪਡੇਟ ਜਿਹੜਾ ਹੈ ਜੀ ਤੇ 3ਰਡ ਜਿਹੜਾ ਨੋਟੀਫਿਕੇਸ਼ਨ ਅਪਡੇਟ ਹੈ ਉਹ ਆਇਆ ਹੋਇਆ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਰਿਕਰੂਟਮੈਂਟ ਜਿਹੜੀ ਹੋਈ ਸੀ ਉਹਦੇ ਰਿਲੇਟਡ ਇੰਟੈਲੀਜੈਂਸ ਅਸਿਸਟੈਂਟ ਦਾ ਰਿਟਨ ਟੈਸਟ ਹੋਇਆ ਸੀ ਜੋ ਕਿ ਕੰਡਕਟ ਕੀਤਾ ਗਿਆ ਸੀ 7 9 ਤੇ 10 9 2021 ਨੂੰ ਉਹਨੂੰ ਜਿਹੜਾ ਜੀ ਉਹਨਾਂ ਨੇ ਖਾਰਜ ਕਰ ਦਿੱਤਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਸੀਗਾ ਕਿ ਉਹਦਾ ਚੀਟਿੰਗ ਹੋਈ ਸੀਗੀ ਔਰ ਉਹਨਾਂ ਨੇ ਜਿਹੜੀਆਂ ਨੇ ਪ੍ਰੈਕਟਿਸਿਸ ਗਲਤ ਕੀਤੇ ਆ ਮਤਲਬ ਜਿਹਦੇ ਵਿੱਚ ਪੇਪਰ ਕੋਈ ਹੋਰ ਕਰ ਰਿਹਾ ਸੀਗਾ ਸੀਗਾ ਜੀ ਉਹਨਾਂ ਨੇ ਉਸ ਨੂੰ ਕਰੈਕਟ ਕਰਨ ਦੇ ਲਈ ਉਹ ਪੇਪਰ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਤੇ ਉਹਦਾ ਕੋਈ ਵੀ ਰਿਜ਼ਲਟ ਜਿਹੜਾ ਹੈ ਜੀ ਹੁਣ ਨਹੀਂ ਆਏਗਾ ਸੋ ਉਸ ਦੇ ਰਿਲੇਟਡ ਦੁਬਾਰਾ ਟੈਸਟ ਲਿਤਾ ਜਾਏਗਾ ਇਹ ਦੁਬਾਰਾ ਰਿਟਨ ਟੈਸਟ ਹੋਏਗਾ ਕਦੋਂ ਹੋਏਗਾ ਕੀ ਕੀ ਰਹੇਗਾ ਸਭ ਕੁਝ ਜਿਹੜਾ ਜੀ ਹਲੇ ਅਪਡੇਟ ਕਰਨਗੇ ਉਹਨਾਂ ਨੇ ਡੇਟ ਸੀਰੀਆਂ ਨੇ ਰਿਟਰਨ ਇਗਜ਼ਾਮ ਦੀ ਨੋਟੀਫਾਈ ਕਰਨਗੇ ਫਰੈਸ਼ ਸੀਰੀਆਂ ਹੋਣਗੀਆਂ ਜਿਦੋਂ ਹੀ ਅਪਡੇਟ ਕਰਨਗੇ ਮੈਂ ਤੁਹਾਨੂੰ ਜ਼ਰੂਰ ਅਪਡੇਟ ਦੇਵਾਂਗਾ ਸੋ ਇਹ ਤਿੰਨ ਅਪਡੇਟ ਜਿਹੜੇ ਨੇ ਜੀ ਉਹ ਆਊਟ ਕੀਤੇ ਗਏ ਨੇ ਸੋ ਅਗਰ ਤੁਸੀਂ ਅਵੇਅਰ ਹੋ ਤਾਂ ਵੈਲੰਟ ਗੁੱਡ ਹੈ ਅਗਰ ਨਹੀਂ ਸੀਗੇ ਤਾਂ ਅਪਡੇਟ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮੈਂ ਤੁਹਾਡੇ ਤੱਕ ਹਰੇਕ ਅਪਡੇਟ ਜਿਹੜਾ ਜੀ ਪਹੁੰਚਾਉਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਅਪਡੇਟ ਜਿਹੜਾ ਕਿ ਆਊਟ ਹੋਇਆ ਸੀਗਾ ਤਿੰਨ ਪੀਟਪੀਐਸਬੀ ਵੱਲੋਂ ਸੋ ਇਹ ਸੀਗਾ ਅਜੇ ਨੋਟੀਫਿਕੇਸ਼ਨ ਮਿਲਾਂਗਾ ਤੁਹਾਨੂੰ ਹੁਣ ਨਵੇਂ ਨੋਟੀਫਿ